ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਸਪੈਸ਼ਲ ਰਿਪੋਰਟ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਸਵਾਗਤ ਜੀ ਆਇਆਂ ਨੂੰ ਕਹਿੰਦੇ ਹੋਇਆਂ। ਅੱਜ ਦੀ ਸਪੈਸ਼ਲ ਰਿਪੋਰਟ ਵਿੱਚ ਅਸੀਂ ਗੱਲ ਕਰਾਂਗੇ ਭਾਈ ਸਾਹਿਬ, ਭਾਈ ਗੁਰਬਖਸ਼ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਪਿਛਲੇ ਸਾਲ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਵੀ ਭੁੱਖ ਹੜਤਾਲ ਰੱਖੀ ਸੀ, 44 ਦਿਨ ਭੁੱਖ ਹੜਤਾਲ ਚੱਲੀ, ਔਰ ਉਸ ਤੋਂ ਬਾਅਦ ਦੁਬਾਰਾ ਇਸ ਵਾਰੀ ਉਹਨਾਂ ਨੇ ਹਰਿਆਣੇ ਦੇ ਵਿੱਚ ਅੰਬਾਲੇ ਦੇ ਕੋਲ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਜੋ ਭੁੱਖ ਹੜਤਾਲ ਸ਼ੁਰੂ ਕੀਤੀ। ਅੱਜ ਭੁੱਖ ਹੜਤਾਲ ਨੂੰ 61 ਦਿਨ ਹੋਏ ਹੈ, ਔਰ ਭਾਈ ਸਾਹਿਬ ਜੀ ਇਸ ਟਾਈਮ ਹੋਸਪਿਟਲ ਦੇ ਵਿੱਚ ਨੇ, ਅਤੇ ਸਾਡੇ ਨਾਲ ਬਣੇ ਆ ਉਹਨਾਂ ਦੇ ਪਚੰਗੀ ਜੁਝਾਰ ਸਿੰਘ ਜੀ, ਉਹਨਾਂ ਤੋਂ ਲੈਂਦੇ ਹਾਂ ਜਾਣਕਾਰੀ। ਜੀ ਜੁਝਾਰ ਸਿੰਘ ਜੀ, ਤੁਹਾਡਾ ਜੀ ਆਇਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਝਾਰ ਸਿੰਘ ਜੀ, ਸਿੱਖ ਚੈਨਲ ਤੇ ਤੁਹਾਡਾ ਹਾਂਜੀ ਜੀ ਆਇਆਂ ਨੂੰ ਵਾਹਿਗੁਰੂ, ਕਹਿੰਦੇ ਹੋਇਆਂ, ਤੇ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੀ ਸਿਹਤ ਕਿਸ ਤਰ੍ਹਾਂ ਹੈ, ਉਹਨਾਂ ਬਾਰੇ ਅਸੀਂ ਜਾਣਕਾਰੀ ਲੈਣਾ ਚਾਹਾਂਗੇ। ਸਿਹਤ ਅੰਕਲ ਜੀ ਹਾਲੇ ਉਸ ਤਰ੍ਹਾਂ ਹੀ ਆ, ਉਹ ਤੇ ਜਮਾ ਮਤਲਬ ਹੁਣ ਨਾ ਉਧਰ ਜੋਗੇ ਨਾ ਉਧਰ ਜੋਗੇ, ਜਿਵੇਂ ਲਾਚਾਰ ਪਏ ਆ ਹੁਣ ਤੇ, ਜੀ ਨਾ ਤੇ ਉੱਥੋਂ ਨਿਕਲ ਸਕਦੇ ਆ ਨਾ ਹੁਣ ਕੀ। ਇਹ ਤੇ ਹੁਣ ਆਪ ਜੀ ਨੇ ਦੱਸਣਾ ਨਾ ਵੀ ਹੁਣ ਕੀ ਸੰਗਤ ਦੱਸੇ ਵੀ ਕਿਹੜੇ ਪਾਸੇ ਜਾਈਏ। ਜੀ 4 ਦਿਨ ਹੋ ਗਏ ਅੱਜ ਤੱਕ ਤੇ ਕੋਈ ਇੱਥੇ ਮਤਲਬ ਆਇਆ ਵੀ ਨੀ, ਜਿਹੜੇ ਮਤਲਬ ਦਿਲੋਂ ਜਿਹੜੇ ਹੈ ਸਨ ਉਹੀ ਸਿਰਫ ਕੋਈ ਆਏ ਨੇ। ਜੀ ਮਤਲਬ ਤੁਹਾਡਾ ਕਹਿਣ ਹਾਂਜੀ ਦਾ ਕਿ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਜਾਂ ਸੰਤ ਸਮਾਜ ਜਾਂ ਕੋਈ ਸਾਡੇ ਆਗੂ ਜਿਹੜੇ ਆ ਤੁਹਾਡੇ ਕੋਲ, ਹੁਣ ਜਿਹੜੇ ਹਸਪੀਟਲ ਵਿੱਚ ਭਾਈ ਸਾਹਿਬ ਗੁਰਬਖਸ਼ ਸਿੰਘ ਕੋਲ ਕੋਈ ਨਹੀਂ ਪਹੁੰਚਿਆ? ਨਹੀਂ ਜੀ ਕੋਈ ਵੀ ਨਹੀਂ ਜੀ। ਅੱਛਾ ਜੀ, ਤੇ ਹਾਂਜੀ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਜਿਹੜੇ ਆ ਹੁਣ ਉਹ ਮੈਸੇਜ ਜਾਂ ਸੁਨਾ ਜਾਂ ਕੌਮ ਨੂੰ ਕੀ ਦੇਣਾ ਚਾਹੁੰਦੇ ਆ ਸਿੱਖ ਚੈਨਲ ਦੇ ਜ਼ਰੀਏ? ਜੀ ਜੀ ਉਹਨਾਂ ਨੇ ਤੇ ਮਤਲਬ ਸਾਰਾ ਹੁਣ ਉਹ ਮੈਸੇਜ ਆਪ ਜੀ ਨੇ ਦੱਸਿਆ ਤੇ ਹੈ, ਹੁਣ ਤਾਂ ਸੰਗਤ ਹੀ ਦੱਸੇ ਵੀ ਹਾਂ ਕੀ ਕਰਨਾ। ਹਾਂਜੀ ਸਾਡੇ ਜਿਹੜੇ ਹੁਣ ਤੋਂ ਹੀ ਇਹਨਾਂ ਨੇ ਮਤਲਬ ਇਲਜ਼ਾਮ ਲਾਣੇ ਸ਼ੁਰੂ ਕਰਤੇ, ਤੁਸੀਂ ਜਿੱਥੇ ਹੁਣ ਜੋ ਦੱਸੋ ਅਸੀਂ ਕੀ ਗਲਤ ਕਰ ਬੈਠੇ ਆ, ਕਿਸੇ ਦਾ ਕੀ ਵਿਗਾੜਿਆ। ਜੀ ਬਿਲਕੁਲ ਜੀ, ਕੀ ਉੱਥੇ ਮਤਲਬ ਅਸੀਂ ਹੁਣ ਉੱਥੇ ਲੜਾਈ ਕਰਦੇ ਜਾਂ ਕੁਝ ਕਰਦੇ ਕੀ ਕਿਸੇ ਦਾ ਨੁਕਸਾਨ ਹੋ ਜਾਂਦਾ, ਉਹਦਾ ਜ਼ਿੰਮੇਵਾਰ ਕੌਣ ਹੁੰਦਾ? ਜੀ ਜੀ ਬਿਲਕੁਲ, ਇਹ ਤੇ ਆਪ ਜੀ ਵੀ ਸੋਚ ਸਕਦੇ ਆ ਨਾ, ਜੇ ਆਪਾਂ ਕੋਈ ਵੀ ਸ਼ਰਾਰਤ ਕਰਨੇ ਆ ਕੀ ਨੁਕਸਾਨ ਨਹੀਂ ਹੁੰਦਾ ਉਹਦੇ ਚ। ਜੀ 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 ਹਾਂਜੀ ਬਿਲਕੁਲ ਜੀ, 61 ਦਿਨ ਹੋਏ ਆ ਔਰ ਭਾਈ ਸਾਹਿਬ ਦਾ ਬਹੁਤ ਸਰੀਰ ਜਿਹੜਾ ਕਮਜ਼ੋਰ ਹੋ ਚੁੱਕਿਆ ਹੈ, ਔਰ ਆਪਣੇ ਵੱਲੋਂ ਉਹਨਾਂ ਦੀ ਜਿਹੜੀ ਉਸੇ ਤਰ੍ਹਾਂ ਜਿਹੜੀ ਹੈ ਭੁੱਖ ਹੜਤਾਲ ਜਾਰੀ ਹੈ। ਤੇ ਹੋਰ ਤੁਸੀਂ ਆਪਣੇ ਵੱਲੋਂ ਕੋਈ ਸੰਗਤਾਂ ਨੂੰ ਮੈਸੇਜ ਸੁਨੇਹਾ ਦੇਣਾ ਚਾਹੋ? ਜੀ ਮੈਂ ਤੇ ਸੰਗਤਾਂ ਨੂੰ ਇਹੀ ਪੁੱਛਣਾ ਵੀ ਹੁਣ ਦੱਸੋ ਅਸੀਂ ਕੀ ਕਰੀਏ, ਕਿਹੜੇ ਪਾਸੇ ਜਾਈਏ, ਇਹ ਤੇ ਹੁਣ ਸੰਗਤਾਂ ਹੀ ਦੱਸਣਗੀਆਂ ਨਾ ਜੀ। ਜੀ 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 ਹਾਂਜੀ ਹਾਂ ਠੀਕ ਹੈ ਜੀ। ਜੁਝਾਰ ਸਿੰਘ ਜੀ, ਇਸ ਟਾਈਮ ਤੁਸੀਂ ਆਪਣਾ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦੇ ਨਾਲ ਨਾਲ ਪੂਰੇ ਪਰਿਵਾਰ ਦਾ ਇਹ ਤੁਹਾਡਾ ਬੜਾ ਵੱਡੀ ਜਿਹੜਾ ਇੱਕ ਬਲੀਦਾਨ ਆ, ਇੱਕ ਕੁਰਬਾਨੀ ਹੈ ਕਿ 61 ਦਿਨ ਤੋਂ ਭਾਈ ਸਾਹਿਬ ਜੀ ਭੁੱਖ ਹੜਤਾਲ 'ਤੇ ਹੈ ਔਰ ਸਾਰਾ ਪਰਿਵਾਰ ਜਿਹੜਾ ਤੁਸੀਂ ਉਹਨਾਂ ਦੇ ਨਾਲ ਹੋ, ਅਤੇ ਚਾਹੀਦਾ ਇਹੀ ਹੈ ਕਿ ਸਾਰੀ ਸਿੱਖ ਕੌਮ, ਸਿੱਖ ਪੰਥ, ਸਾਡੀਆਂ ਸਾਰੀਆਂ ਜਥੇਬੰਦੀਆਂ ਔਰ ਇਸ ਟਾਈਮ ਵੀ ਤੁਹਾਡੇ ਨਾਲ ਹੋਣ, ਔਰ ਸਿੱਖ ਚੈਨਲ ਤੋਂ ਸਾਰਿਆਂ ਨੇ ਇਸ ਨੂੰ ਪ੍ਰੋਗਰਾਮ ਸੁਣਿਆ ਹੀ ਹੈ, ਸਰਵਣ ਕੀਤਾ ਹੀ ਹੈ। ਅਤੇ ਬਿਲਕੁਲ ਠੀਕ ਹੈ ਜੀ, ਅਸੀਂ ਸਾਰੀਆਂ ਸੰਗਤਾਂ ਵੱਲੋਂ ਸਿੱਖ ਚੈਨਲ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਕਿਰਪਾ ਕਰਨ। ਔਰ ਜਿਵੇਂ ਜੁਝਾਰ ਸਿੰਘ, ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੇ ਹਾਲਾਤ ਬਣੇ ਆ, ਤੁਹਾਨੂੰ ਜ਼ਿਆਦਾ ਕਿ ਜਿਹੜੇ ਸਿੱਖ ਚੈਨਲ ਦੀ ਟੀਮ ਹੈ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਸੀ। 2 ਦਿਨ ਉਹਨਾਂ ਦਾ ਤਾਂ ਪਤਾ ਨਹੀਂ ਲੱਗਣ ਦਿੱਤਾ ਸੀ ਕਿੱਥੇ ਲੈ ਕੇ ਗਏ ਆ, ਉਹਦੇ ਪਿੱਛੇ ਵੀ ਕਾਰਨ ਇਹੀ ਸੀ ਕਿ ਉੱਥੋਂ ਦੀ ਜਿਹੜੀ ਅਪਡੇਟ ਸੀ, ਭਾਈ ਸਾਹਿਬ ਨੂੰ ਹੋਸਪਿਟਲ ਲੈ ਗਏ, ਪਿੱਛੇ ਸਿੰਘ ਬੈਠੇ ਸੀ ਉਹਨਾਂ ਨੂੰ ਵੀ ਉੱਥੋਂ ਉਠਾ ਦਿੱਤਾ ਗਿਆ, ਔਰ ਉਹ ਸਾਰੀ ਕਵਰੇਜ ਨਾ ਹੋ ਸਕੇ ਇਸ ਕਰਕੇ ਸਿੱਖ ਚੈਨਲ ਦੀ ਟੀਮ ਵੀ ਅਰੈਸਟ ਕਰ ਲਈ ਗਈ ਸੀ। ਹੈਲੋ, ਉਹਦੇ ਬਾਰੇ ਤੇ ਦੇਖੋ ਹੁਣ ਆਪਾਂ, ਮੈਨੂੰ ਕੋਈ ਇੰਨੀ ਨੌਲੇਜ ਨਹੀਂ ਹੈਗੀ, ਮੈਂ ਤੇ ਆਪਣੇ ਘਰ ਹੀ ਮਸਾਂ ਉਲਝਿਆ ਫਿਰਦਾ ਹਾਲੇ। ਜੀ ਆਪ ਜੀ ਨੂੰ ਵੀ ਪਤਾ ਵੀ ਹਾਂ ਸਾਰਾ ਕੁਝ ਮਤਲਬ ਹੁਣ ਸਿਰ ਤੇ ਹੀ ਆ ਜੋ ਵੀ ਹੈ। ਠੀਕ ਹੈ ਭਾਈ, ਤੇ ਕੋਈ ਹਾਂਜੀ ਹੋਰ ਕੁਛ ਕਹਿਣਾ ਚਾਹੋ ਤੁਸੀਂ? ਠੀਕ ਹੈ ਭਾਈ ਸਾਹਿਬ, ਠੀਕ ਹੈ ਜੁਝਾਰ ਸਿੰਘ ਜੀ, ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੁਝਾਰ ਸਿੰਘ ਜੋ ਭੁਚੰਗੀ ਹੈ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੇ, ਉਹਨਾਂ ਨੇ ਦੱਸਿਆ ਕਿ ਅੱਜ 61 ਦਿਨ ਹੋਏ ਹੈ ਭਾਈ ਸਾਹਿਬ ਜੀ ਭੁੱਖ ਹੜਤਾਲ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਦਾ ਸਰੀਰ ਬਿਲਕੁਲ ਸੁੱਕ ਚੁੱਕਿਆ ਹੈ, ਬਹੁਤ ਜ਼ਿਆਦਾ ਕਮਜ਼ੋਰੀ ਹੋਈ ਹੈ, ਹੋਸਪਿਟਲ ਦੇ ਵਿੱਚ ਨੇ, ਲੇਕਿਨ ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਹਾਲ ਪੁੱਛਣ ਵਾਸਤੇ ਜਾਂ ਉਹਨਾਂ ਦੀ ਇਸ ਮੁਹਿੰਮ ਨੂੰ ਅੱਗੇ ਲਿਜਾਣ ਵਾਸਤੇ ਪੰਥਕ ਜਥੇਬੰਦੀਆਂ ਜਾਂ ਜਿਹੜੇ ਆਗੂ ਨੇ ਜਾਂ ਲੀਡਰ ਦੇ ਜਿਹੜੇ ਉੱਥੇ ਨਹੀਂ ਪਹੁੰਚੇ। ਹਾਲਾਂਕਿ ਉਹਨਾਂ ਨੇ ਦੱਸਿਆ ਕਿ ਹਰਭਜਨ ਮਾਨ ਜਿਹੜਾ ਇੱਕ ਗਾਇਕ ਇੱਕ ਸਿੰਗਰ ਜ਼ਰੂਰ ਹੋਸਪਿਟਲ ਦੇ ਵਿੱਚ ਪਹੁੰਚਿਆ ਸੀ, ਅਤੇ ਇਹ ਉਹਨਾਂ ਨੇ ਜਿਹੜੀ ਆਪਣੀ ਸਾਰੀ ਅੱਜ ਦੀ ਅਪਡੇਟ ਦੱਸੀ ਹੈ। ਇਹ ਸੀ ਅੱਜ ਦੀ ਸਪੈਸ਼ਲ ਰਿਪੋਰਟ, ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ, ਇਸੇ ਤਰ੍ਹਾਂ ਦੇਖਦੇ ਰਹਿਣਾ ਸਿੱਖ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।